ਜ਼ਿੰਦਗੀ ਦਾ ਤਜਰਬਾ ਇਹ ਨਹੀਂ ਕਹਿੰਦਾ ਵੀ 46% ਤੋਂ 86% ਇੱਕ ਸਾਲ ਦੇ ਵਿੱਚ ਨਤੀਜੇ ਇੰਪਰੂਵ ਹੋ ਜਾਣ। ਇਹ ਕੋਈ ਕ੍ਰਿਸ਼ਮਾ ਹੋ ਸਕਦਾ ਜਾਂ ਕੁਦਰਤੀ ਬਹੁਤ ਕੋਈ ਇੱਦਾਂ ਦੀ ਕੋਈ ਕਰੋਪੀ ਜਾਂ ਨਹੀਂ ਕਹਿ ਸਕਦੇ, ਬਲੈਸਿੰਗ ਕਹਿ ਸਕਦੇ ਹਾਂ ਵੀ ਇੱਦਾਂ ਦੀ ਹੋਵੇ, ਆਲ ਆਫ ਏ ਸਡਨ ਹੀ ਮਿੱਟੀ ਧੁੱਤ ਜਗ ਜਾਣਨ ਹੋ ਗਿਆ। ਪਰ ਮੈਂ ਇਹ ਜਿਹੜਾ ਸੋਚਦਾ ਇਹ ਹਰਮਨ ਤੇਜੇ ਜਿਹੜੇ ਨੇ ਉਹ ਓਰਿਜਿਨਲ ਕਿਸ ਤਰ੍ਹਾਂ ਆਉਣੇ ਚਾਹੀਦੇ ਨੇ। ਹੁਣ ਇਹ ਕ੍ਰਿਸ਼ਮਾ ਕੀ ਹੋਇਆ ਇਹ ਕੁਦਰਤ ਜਾਣਦਾ ਜਾਂ ਡਿਪਾਰਟਮੈਂਟ ਜਾਣਦਾ ਕਿ ਆਹ ਜਿਹੜਾ ਹੁਣ ਸਿਸਟਮ ਚੱਲਿਆ ਸਮਾਜ ਦੇ ਵਿੱਚ ਇੰਨਾ ਕੁ ਵੱਡਾ ਪਾੜਾ ਪਾ ਦਿੱਤਾ ਗਿਆ ਵੀ ਪੇਰੈਂਟਸ ਅਤੇ ਸਕੂਲਾਂ 'ਚ ਆਪਸ ਵਿੱਚ ਕਰੈਸ਼ ਜਾਣੀ ਕਲੈਸ਼ ਕੋਈ ਨਾ ਕੋਈ ਕਲੇਸ਼ ਇੱਦਾਂ ਦਾ ਹੋ ਜਾਂਦਾ ਵੀ ਉਹ ਇੱਕ ਦੂਜੇ ਨਾਲ ਭਿੜਨ ਲੱਗ ਜਾਂਦੇ ਨੇ। ਪੰਜਾਬ ਸਕੂਲ ਦੇ ਨਤੀਜੇ ਐਲਾਨਣ ਤੋਂ ਬਾਅਦ ਅੱਜ ਤੁਸੀਂ ਦੇਖਿਆ ਇਸ ਵਾਰੀ ਕਿ ਜਿਹੜੇ ਵੀ ਪੰਜਾਬ ਸਕੂਲ ਦੇ ਨਤੀਜੇ ਆਏ ਨੇ ਉਹ ਇਸ ਵਾਰੀ ਜਿਹੜੇ ਆਏ ਨੇ ਪ੍ਰਾਈਵੇਟ ਸਕੂਲਾਂ ਦੇ ਘੱਟ ਅਤੇ ਗੌਰਮੈਂਟ ਸਕੂਲਾਂ ਦੇ ਨਤੀਜੇ ਜਿਹੜੇ ਹੈਗੇ ਨੇ ਕਾਫੀ ਅੱਵਲ ਆਏ ਨੇ ਅਤੇ ਕੀ ਕਾਰਨ ਹੈ ਇਹਦੇ ਪਿੱਛੇ? ਅੱਜ ਸਾਡੇ ਨਾਲ ਤੇਜਾ ਸਿੰਘ ਸਕੂਲ ਦੇ ਜਿਹੜੇ ਪ੍ਰਿੰਸੀਪਲ ਹੈਗੇ ਨੇ ਉਹ ਸਾਡੇ ਨਾਲ ਮੌਜੂਦ ਹੈਗੇ ਨੇ। ਸਭ ਤੋਂ ਪਹਿਲਾਂ ਤਾਂ ਮੈਂ ਜਿੰਨੇ ਵੀ ਦਰਸ਼ਕ ਨੇ ਉਹਨਾਂ ਨੂੰ ਨਮਸਕਾਰ ਕਰੂੰਗਾ, ਸਤਿ ਸ਼੍ਰੀ ਅਕਾਲ ਕਰੂੰਗਾ। ਦੂਸਰਾ, ਜਿਹੜੇ ਇਸ ਵਾਰ ਨਤੀਜੇ ਆਏ, ਪਹਿਲਾਂ ਤਾਂ ਇੱਕ ਬਹੁਤ ਸ਼ੁਕਰ ਹੈ ਵੀ ਜਿਹੜਾ ਸਾਡੇ ਕੋਲ ਸੀਨੀਅਰ ਸੈਕੰਡਰੀ ਦਾ ਨਤੀਜਾ ਜਿਹੜਾ ਇਹ ਸਾਡੇ ਬੋਰਡ ਨੇ ਕੱਢਿਆ, ਨਹੀਂ ਤਾਂ ਬਹੁਤ ਸਾਰੇ ਸਕੂਲਾਂ ਨੇ ਜਿਹੜੀ ਮਿਹਨਤ ਕੀਤੀ ਪੰਜਵੀਂ ਅੱਠਵੀਂ ਦਸਵੀਂ ਲਈ ਉਹ ਜਿਹੜੀ ਹੈ ਜਾਈ ਗਈ, ਜਸਟ ਉਹਨਾਂ ਨੂੰ ਪ੍ਰਮੋਟ ਕੀਤਾ ਗਿਆ। ਚਲੋ ਹਾਲਾਤ ਇੱਦਾਂ ਦੇ ਸੀ। ਹੁਣ ਗੌਰਮੈਂਟ ਦੇ ਨਤੀਜਿਆਂ ਦੀ ਅਸੀਂ ਜੇ ਗੱਲ ਕਰੀਏ ਤਾਂ ਮੇਰਾ 50 ਸਾਲ ਦਾ ਐਕਸਪੀਰੀਅੰਸ ਇਸ ਟੀਚਿੰਗ ਲਾਈਨ 'ਚ ਹੋ ਗਿਆ। ਮੈਂ ਇਹ ਨਹੀਂ ਕਹਿੰਦਾ ਵੀ ਪੰਜੇ ਇੰਗਲਾਂ ਬਰਾਬਰ ਹੁੰਦੀਆਂ, ਮੈਂ ਇਹ ਨਹੀਂ ਕਹਿੰਦਾ ਵੀ ਜਿਹੜੇ ਸਕੂਲ ਗੌਰਮੈਂਟ ਸਕੂਲਾਂ 'ਚ ਪੜ੍ਹਾਈ ਨਹੀਂ ਹੁੰਦੀ। ਬਹੁਤ ਸਾਰੇ ਸਕੂਲ ਇਸ ਤਰ੍ਹਾਂ ਦੇ ਨੇ ਜਿਨ੍ਹਾਂ 'ਚ ਇੰਨੀ ਕੁ ਵਧੀਆ ਪੜ੍ਹਾਈ ਹੁੰਦੀ ਆ ਵੀ ਇੱਥੋਂ ਤੱਕ ਵੀ ਮੈਂ ਇੱਕ ਸਕੂਲ ਜੇ ਮੇਰੇ ਆਪਣੀ ਸਟੂਡੈਂਟ ਹੀ ਪ੍ਰਿੰਸੀਪਲ ਲੱਗੀ ਆ ਉਸ ਦੇ ਸਕੂਲ ਨੂੰ ਮੈਂ ਕਿਹਾ ਵੀ ਤੂੰ ਕੀ ਕਰਾ ਰਹੀ ਆ। ਉਹਨੇ ਮਿਹਨਤ ਕੀਤੀ ਤਾਂ ਉਹਦਾ 50% ਤੋਂ ਉੱਪਰ 90% ਦੇ ਨੰਬਰ ਆਏ, ਪਰ ਮੈਜੋਰਿਟੀ ਜਿਹੜੇ ਹੈਗੇ ਆ ਉਹਨਾਂ ਨੂੰ 8ਵੀਂ ਤੱਕ ਦੇ ਸਾਈਨ ਵੀ ਨਹੀਂ ਕਰਨੀ ਆਉਂਦੇ। ਹੁਣ ਸਵਾਲ ਹੈ ਵੀ ਪਰਸੈਂਟੇਜ ਜਿਹੜੀ ਇੰਨੀ ਵੱਧ ਗਈ, ਮੈਂ ਪਿਛਲੇ ਤੋਂ ਪਿਛਲੇ ਸਾਲ ਦੇਖ ਰਿਹਾ ਸੀ ਵੀ 46% ਰਿਜ਼ਲਟ ਗਵਰਨਮੈਂਟ ਦਾ ਆ ਰਿਹਾ ਸੀ, ਔਰ ਆਲ ਆਫ ਏ ਸਡਨ ਇੱਕਦਮ ਅਗਲੇ ਸਾਲ ਉਹ 86% 'ਤੇ ਚਲਾ ਗਿਆ। ਇਹ ਮੇਰੀ ਜ਼ਿੰਦਗੀ ਦਾ ਤਜਰਬਾ ਇਹ ਨਹੀਂ ਕਹਿੰਦਾ ਵੀ 46% ਤੋਂ 86% ਇੱਕ ਸਾਲ ਦੇ ਵਿੱਚ ਨਤੀਜੇ ਇੰਪਰੂਵ ਹੋ ਜਾਣ। ਇਹ ਕੋਈ ਕ੍ਰਿਸ਼ਮਾ ਹੋ ਸਕਦਾ ਜਾਂ ਕੁਦਰਤ ਦੀ ਬਹੁਤ ਕੋਈ ਇੱਦਾਂ ਦੀ ਕੋਈ ਕਰੋਪੀ ਜਾਂ ਨਹੀਂ ਕਹਿ ਸਕਦੇ, ਬਲੈਸਿੰਗ ਕਹਿ ਸਕਦੇ ਹਾਂ ਵੀ ਇੱਦਾਂ ਦੀ ਹੋਵੇ, ਆਲ ਆਫ ਏ ਸਡਨ ਹੀ ਮਿੱਟੀ ਧੁੱਤ ਜਗ ਜਾਣਨ ਹੋ ਗਿਆ। ਅਤੇ ਹੁਣ ਇਸ ਵਾਰ ਉਹ ਅਬਾਵ 90% ਹੋ ਗਏ। ਅਤੇ ਜੇ ਮੈਂ ਕਹਿਣਾ ਵੀ ਜੇ ਕੋਈ ਇਸ ਤਰ੍ਹਾਂ ਦੀ ਸੰਸਥਾ ਹੋਵੇ, ਜਸਟ ਜਿਹੜੇ ਪ੍ਰਾਈਵੇਟ ਸਕੂਲ ਨੇ ਜਾਂ ਸ਼ਹਿਰੀ ਸਕੂਲ ਨੇ ਜਾਂ ਪੇਂਡੂ ਸਕੂਲ ਨੇ, ਉਹਨਾਂ ਦਾ ਕੋਈ ਓਪਨ ਪੇਪਰ ਇਸ ਤਰ੍ਹਾਂ ਦਾ ਕੀਤਾ ਜਾਵੇ ਵੀ ਜਿਹਦੇ 'ਚ ਪਤਾ ਲੱਗੇ ਵੀ ਸਾਡੇ ਕੋਲ ਐਗਜੈਕਟ ਅਸੀਂ ਆਹ ਮੀਡੀਅਮ ਟਾਈਪ ਬੱਚੇ ਲੈ ਰਹੇ ਹਾਂ, ਪਰ ਇਹਨਾਂ 'ਚੋਂ ਹੀ ਅਸੀਂ ਟੈਸਟ ਕਰਕੇ ਆਪਾਂ ਇਹਨਾਂ ਨੂੰ ਚੈੱਕ ਕਰਕੇ ਦੇਖੀਏ ਵੀ ਕਿੰਨੇ ਪਰਸੈਂਟ ਬੱਚੇ ਜਿਹੜੇ ਹੈਗੇ ਨੇ ਸਾਡੇ ਕੋਲ ਇਸ ਏਰੀਏ 'ਚੋਂ ਪਾਸ ਹੋ ਰਹੇ ਨੇ, ਕਿੰਨੇ ਸ਼ਹਿਰ 'ਚੋਂ ਪਾਸ ਹੋ ਰਹੇ ਆ, ਕਿੰਨੇ ਪਿੰਡ 'ਚੋਂ ਪਾਸ ਹੋ ਰਹੇ ਆ, ਕਿੰਨੇ ਪ੍ਰਾਈਵੇਟਾਂ 'ਚ ਹੋ ਰਿਹਾ, ਕਿੰਨੇ ਸਰਕਾਰ 'ਚ ਹੋ ਰਿਹਾ, ਜ਼ਮੀਨ ਅਸਮਾਨ ਦਾ ਫਰਕ ਪੈ ਜੂਗਾ। ਔਰ ਮੈਂ ਇਹ ਜਿਹੜਾ ਸੋਚਦਾ ਇਹ ਨਤੀਜੇ ਜਿਹੜੇ ਨੇ ਉਹ ਓਰਿਜਿਨਲ ਕਿਸ ਤਰ੍ਹਾਂ ਆਉਣੇ ਚਾਹੀਦੇ ਨੇ। ਹੁਣ ਇਹ ਕ੍ਰਿਸ਼ਮਾ ਕੀ ਹੋਇਆ ਇਹ ਕੁਦਰਤ ਜਾਣਦਾ ਜਾਂ ਡਿਪਾਰਟਮੈਂਟ ਜਾਣਦਾ ਵੀ ਕੀ ਕੀਤਾ ਗਿਆ ਇਹਦੇ ਵਿੱਚ, ਕੀ ਨਹੀਂ ਹੋਇਆ ਇਹਦੇ ਵਿੱਚ, ਹੈ ਕੋਲ ਮੁੜ ਕੀ ਆ। ਇਹ ਜਿਹੜਾ ਹੈਗਾ ਇਹ ਡਿਪਾਰਟਮੈਂਟ ਜਾਣ ਸਕਦਾ ਜਾਂ ਦੱਸ ਸਕਦਾ, ਪਰ ਮੈਨੂੰ ਹੈਗਾ ਵੀ ਸਾਰਿਆਂ ਨੂੰ ਸੱਚਾਈ ਦੱਸਣੀ ਚਾਹੀਦੀ ਹੈ ਵੀ ਕੀ ਹੋਣਾ ਚਾਹੀਦਾ। ਮੈਨੂੰ ਇੱਕ ਖੁਦਾ ਦੀ ਤ੍ਰਾਸਦਗੀ ਲੱਗਦੀ ਹੈ ਬਈ ਜਿਹੜੇ ਸਾਡੇ ਇੰਸਟੀਟਿਊਸ਼ਨ ਜਾਂ ਸਾਡੇ ਸਕੂਲ ਦੇ ਜਾਂ ਸਾਡੇ ਪੰਜਾਬ ਦੇ ਬੱਚੇ ਨੇ ਉਹਨਾਂ ਨਾਲ ਮੈਂ ਦੇਖਦਾ ਵੀ ਮੈਨੂੰ ਲੱਗਦਾ ਵੀ ਇਹ ਇਨਸਾਫ ਨਹੀਂ ਹੈ ਵੀ ਜੇ ਅਸਲ ਮੈਨੇਜ ਹੁਣ ਜੇ ਅਸੀਂ ਕਹੀਏ ਤਾਂ ਅਗਲਾ ਮਾਈਂਡ ਕਰ ਲਵੇ ਲਓ ਜੀ ਸਾਨੂੰ ਤਾਂ ਜੀ ਇਹ ਗਲਤ ਕਹਿਤਾ। ਮੈਂ ਗਲਤ ਨਹੀਂ ਕਹਿੰਦਾ, ਮੈਂ ਆਪਣੀ ਜ਼ਿੰਦਗੀ ਦੇ ਤਜਰਬੇ ਤੋਂ ਕਹਿਣਾ ਵੀ 50 ਸਾਲ ਮੈਂ ਆਪ ਬੋਰਡ 'ਤੇ ਖੜ੍ਹ ਕੇ ਪੜ੍ਹਾਇਆ, ਔਰ ਮੈਂ ਨਤੀਜੇ ਜਿਹੜੇ ਹੈਗੇ ਆ ਉਹਨਾਂ ਨੂੰ 20% ਤੋਂ ਲੈ ਕੇ 100% ਤੱਕ ਲਿਆਇਆ, ਔਰ ਮੈਨੂੰ ਇਹ ਪਤਾ ਵੀ ਇਹਨਾਂ ਨੂੰ ਇਸ ਚੀਜ਼ ਨੂੰ ਕਿੰਨਾ ਚਿਰ ਲੱਗਦਾ। ਆਲ ਆਫ ਏ ਸਡਨ ਤੁਸੀਂ ਜਿਹੜਾ ਚੱਕ ਕੇ ਇਹਨਾਂ ਨੂੰ ਤੁਸੀਂ ਡਬਲ 'ਤੇ ਲੈ ਜਾਂਦੇ ਹੋ ਤਾਂ ਉਹਦੇ ਰੀਜ਼ਨ 'ਚ ਕੀ ਆ? ਗੌਰਮੈਂਟ ਸਕੂਲਾਂ ਦਾ ਕੀ ਗੋਲਮਾਲ ਆ ਉਹਦੇ 'ਚ? ਹੁਣ ਗੋਲਮਾਲ ਡਿਪਾਰਟਮੈਂਟ ਨੂੰ ਜ਼ਿਆਦਾ ਪਤਾ ਹੋਊ, ਅਤੇ ਇੱਕ ਤਾਂ ਮੈਂ ਪਿਛਲੀ ਵਾਰ ਦੇਖਿਆ ਬਈ ਜਦੋਂ 86% ਆਏ ਬਈ ਸਿਰਫ ਮਾਰਕਿੰਗ ਜਿਹੜੀ ਕੀਤੀ ਹੈ ਸਰਕਾਰੀ ਸਕੂਲਾਂ ਦੇ ਟੀਚਰਸ ਨੇ ਕੀਤੀ ਹੈ, ਅਤੇ ਉਹਨਾਂ ਨੂੰ ਇੰਸਟਰਕਸ਼ਨਸ ਕੀ ਹੋਈਆਂ ਨੇ ਇਹ ਸਾਨੂੰ ਨਹੀਂ ਇਹਨਾਂ ਚੀਜ਼ਾਂ ਦਾ ਪਤਾ।
ਪਰ ਆਲ ਆਫ ਅ ਸਡਨ ਜਦ ਡਿਕਲੇਅਰ ਹੋ ਗਿਆ ਵੀ ਇੰਨੇ ਪਰਸੈਂਟ ਨਤੀਜਾ ਆ ਗਿਆ ਤਾਂ ਸਾਡੀਆਂ ਵੀ ਆਈਜ਼ ਰੇਜ਼ ਹੋ ਗਈਆਂ ਵੀ ਇਹ ਕ੍ਰਿਸ਼ਮਾ ਕਿੱਦਾਂ ਹੋ ਗਿਆ ਵੀ ਜਿਹੜੇ ਬੱਚਿਆਂ ਨੂੰ ਆਪਣਾ ਹੈ ਬਹੁਤ ਸਾਰੇ ਬੱਚੇ ਮੈਂ ਸਕੂਲਾਂ ਦੇ ਦੇਖੇ ਨੇ ਜਿਨ੍ਹਾਂ ਨੂੰ 8ਵੀਂ ਤੱਕ ਦੇ ਸਿਗਨੇਚਰ ਨਹੀਂ ਕਰਨੇ ਆਉਂਦੇ ਸਰਕਾਰੀ ਸਕੂਲਾਂ ਦੇ ਵਿੱਚ ਜੇ ਦੇਖਿਆ ਜਾਵੇ ਔਰ ਉਹਦੇ 'ਚ ਇਹ ਨਹੀਂ ਹੈ ਵੀ ਪ੍ਰਾਈਵੇਟ ਸਕੂਲਾਂ ਨੂੰ ਮੈਂ ਐਪਰੀਸ਼ੀਏਟ ਕਰਦਾ ਪ੍ਰਾਈਵੇਟ ਸਕੂਲਾਂ 'ਚੋਂ ਅੱਜ ਜੇ ਸਾਡਾ ਇੰਸਟੀਟਿਊਸ਼ਨ ਟੌਪ 'ਤੇ ਆ ਉਹ ਜੇ ਮਿਹਨਤ ਅਸੀਂ ਕਰਾ ਰਹੇ ਹਾਂ ਪ੍ਰਾਈਵੇਟ ਤਾਂ ਟੌਪ 'ਤੇ ਆ ਔਰ ਅੱਜ ਜਿਹੜੇ ਬੱਚਿਆਂ ਦੇ ਨੰਬਰ ਨੇ ਜੇ ਜਾਣੀ ਬਾਈ ਚਾਂਸ 2 ਜਾਂ 3 ਪੇਪਰ ਜਿਹੜੇ ਰਹਿ ਗਏ ਉਹ ਵੀ ਹੋ ਜਾਂਦੇ ਤਾਂ ਸਾਡੀ ਪਾਸ ਪਰਸੈਂਟੇਜ ਜਿਹੜੀ ਹੈਗੀ ਆ ਉਹ ਤਾਂ 100% ਰਹਿਣੀ ਹੋਈ ਹੈ ਪਰ ਪਰਸੈਂਟੇਜ ਜਿਹੜੀ ਹੈਗੀ ਹੈ ਤੁਸੀਂ ਇਹ ਮੰਨੋਗੇ ਵੀ ਸਾਡੇ ਕੋਲ 310 ਬੱਚੇ ਅਬਾਵ 90% ਤੋਂ ਪਾਸ ਹੋਏ ਨੇ ਅਤੇ ਉਹ ਜਿਹੜੇ ਪਰਸੈਂਟੇਜ ਹੋਰ ਵੀ ਵੱਧ ਜਾਣੀ ਸੀ ਪਰ ਸਰਕਾਰੀ ਸਕੂਲਾਂ ਦੇ ਵਿੱਚ ਔਰ ਮੈਂ ਇਹ 'ਚ ਸ਼ੱਕ ਨਹੀਂ ਕਰਦਾ ਵੀ ਕ੍ਰਿਸ਼ਨ ਕੁਮਾਰ ਜੀ ਇੰਨੀ ਕੁ ਮਿਹਨਤ ਕਰਦੇ ਆ ਇੰਨਾ ਕੁ ਦੱਸਦੇ ਨੇ ਪਰ ਉਹਨਾਂ ਨੂੰ ਥੋੜ੍ਹਾ ਜਿਹਾ ਜੇ ਮੈਂ ਆਪਣਾ ਤਜਰਬਾ ਦੱਸਾਂ ਸਰਕਾਰੀ ਸਕੂਲਾਂ ਨੂੰ ਜਿੰਨੇ ਵੀ ਆਫੀਸ਼ੀਅਲਸ ਨੇ ਉਹਨਾਂ ਨੂੰ ਜੇ ਮੈਂ ਆਪ ਐਡਵਾਈਜ਼ ਕਰਨਾ ਚਾਹਾਂ ਮੈਂ ਕਹੂੰਗਾ ਇਹਨਾਂ ਨੂੰ ABC ਤੋਂ ਸ਼ੁਰੂ ਕਰ ਲਓ ਇਹਨਾਂ ਨੂੰ ਹੌਲੀ ਹੌਲੀ ਉਹਨਾਂ ਦੀ ਤਰੱਕੀ ਕਰ ਲਓ ਔਰ ਬੱਚੇ ਆਟੋਮੈਟਿਕਲੀ ਉੱਥੇ ਆ ਜਾਣਗੇ ਔਰ ਮੈਂ ਲਿਆ ਕੇ ਦਿਖਾ ਸਕਦਾ ਜੇ ਸਾਡੇ ਸਕੂਲ ਦਾ ਅਸੀਂ ਐਕਸਪੀਰੀਅੰਸ ਜਿਹੜਾ ਕੀਤਾ ਹੋਇਆ ਉਹਦੀ ਸਾਡੇ ਵਾਲੀਆਂ ਸੇਵਾਵਾਂ ਬੇਸ਼ੱਕ ਫ੍ਰੀ ਲੈ ਲਓ ਗੌਰਮੈਂਟ ਸਕੂਲ ਦੇ ਜਿੰਨੇ ਵੀ ਹੋਣਗੇ ਜਿੱਥੇ ਵੀ ਚਾਹੁਣ ਅਸੀਂ ਉਹਨਾਂ ਨੂੰ ਫ੍ਰੀ ਸੇਵਾ ਦੇਣ ਨੂੰ ਤਿਆਰ ਹਾਂ ਕਿਉਂਕਿ ਇਹ ਨਹੀਂ ਹੈ ਕਿਉਂਕਿ ਆਹ ਜਿਹੜਾ ਹੁਣ ਸਿਸਟਮ ਚੱਲਿਆ ਸਮਾਜ ਦੇ ਵਿੱਚ ਇੰਨਾ ਕੁ ਵੱਡਾ ਪਾੜਾ ਪਾ ਦਿੱਤਾ ਗਿਆ ਵੀ ਪੇਰੈਂਟਸ ਅਤੇ ਸਕੂਲਾਂ 'ਚ ਆਪਸ ਵਿੱਚ ਕਰੈਸ਼ ਜਾਣੀ ਕਲੈਸ਼ ਕੋਈ ਨਾ ਕੋਈ ਕਲੇਸ਼ ਇੱਦਾਂ ਦਾ ਹੋ ਜਾਂਦਾ ਵੀ ਉਹ ਇੱਕ ਦੂਜੇ ਨਾਲ ਭਿੜਨ ਲੱਗ ਜਾਂਦੇ ਨੇ ਜਿੱਥੇ ਇੱਕ ਦੂਜੇ ਨਾਲ ਪਿਆਰ ਹੁੰਦਾ ਇੱਕ ਦੂਜੇ ਦੀ ਸਹਾਇਤਾ ਦੀ ਲੋੜ ਹੁੰਦੀ ਆ ਅਤੇ ਪਰ ਮੈਨੂੰ ਇਹ ਲੱਗਦਾ ਵੀ ਮੈਂ ਆਪਣੇ ਸਕੂਲ ਨੂੰ ਮੈਂ ਇੱਦਾਂ ਹੀ ਰੱਖਦਾ ਵੀ ਆਪਣੇ ਪਿਆਰ ਨਾਲ ਹੀ ਰੱਖਣਾ ਵੀ ਇਹ ਸਾਡੇ ਬੱਚਿਆਂ ਦੇ ਮਾਂ ਬਾਪ ਨੇ ਇਹ ਬੱਚਿਆਂ ਨੂੰ ਅਸੀਂ ਬਿਲਕੁਲ ਚਾਨਣ ਬਖਸ਼ਣਾ ਸਰਕਾਰ ਨੂੰ ਵੀ ਇਸੇ ਤਰ੍ਹਾਂ ਹੀ ਚਾਹੀਦਾ ਬਈ ਜਿਹੜੇ ਸਕੂਲ ਦਾ ਜਿਹੜਾ ਸਟੈਂਡਰਡ ਆ ਉਹਦੇ ਉੱਥੋਂ ਸ਼ੁਰੂ ਕਰੋ ਜੇ ਉੱਪਰੋਂ ਤੁਸੀਂ ਆਰਡਰ ਦਿੰਦੇ ਹੋ ਇੱਕ ਸਕੂਲ ਜਿਹੜਾ ਹੈਗਾ ਤੁਹਾਡੇ ਕੋਲ ਵਾਕਈ ਉਹ 90% 'ਤੇ ਆ ਦੂਜਾ ਸਕੂਲ ਜਿਹੜਾ ਹੈਗਾ 20% 'ਤੇ ਬੈਠਾ ਉਸ ਨੂੰ ਵੀ ਉਹੀ ਇੰਸਟਰਕਸ਼ਨ ਨੇ ਉਸ ਨੂੰ ਵੀ ਉਹੀ ਇੰਸਟਰਕਸ਼ਨ ਨੇ ਹਾਓ ਇਜ਼ ਇਟ ਪੋਸੀਬਲ ਵੀ ਜਿਹੜੇ ਬੰਦੇ ਨੂੰ ਆਪਣੇ ਸਿਗਨੇਚਰ ਨਹੀਂ ਕਰਨੇ ਆਉਂਦੇ ਅਤੇ ਉਹ ਜਾ ਕੇ ਸਿਲੇਬਸ ਸਾਰੇ ਪੂਰੇ ਕਰ ਦੂਗਾ ਇਹ ਪੋਸੀਬਲ ਨਹੀਂ ਹੈਗੇ ਜਿਹੜਾ ਸਿਸਟਮ ਆ ਨਾ ਇਹਨਾਂ ਦੇ ਜਿਹੜੇ ਨੋਡਲ ਆਫੀਸਰਸ ਨੇ ਉਹ ਬਹੁਤ ਸੰਸੀਅਰ ਹੋਣੇ ਚਾਹੀਦੇ ਨੇ ਉਹ ਆਪ ਜਾ ਕੇ ਸਮੇਂ ਸਮੇਂ 'ਤੇ ਸਰਪ੍ਰਾਈਜ਼ ਟੈਸਟ ਲੈਣ ਉਹ ਗੌਰਮੈਂਟ ਸਕੂਲਾਂ ਦੇ ਅਸੀਂ ਆਪਣੇ ਸਰਪ੍ਰਾਈਜ਼ ਟੈਸਟ ਲੈਂਦੇ ਹਾਂ ਗੌਰਮੈਂਟ ਸਕੂਲ ਦੇ ਸਰਪ੍ਰਾਈਜ਼ ਟੈਸਟ ਲੈਣ ਔਰ ਉਹ ਸਰਪ੍ਰਾਈਜ਼ ਟੈਸਟ ਇੰਨੀ ਸਿੰਸੈਰਿਟੀ ਨਾਲ ਉੱਪਰ ਜਾਣ ਤਾਂ ਕਿ ਉਹਨਾਂ ਨੂੰ ਸਾਰਿਆਂ ਨੂੰ ਪਤਾ ਇਹ ਲੱਗ ਸਕੇ ਬਈ ਅਸਲ ਮਾਇਨੇ 'ਚ ਸਾਡੇ ਕੋਲ ਇਸ ਵੇਲੇ ਕਿਹੜੇ ਇੰਸਟੀਟਿਊਸ਼ਨ ਕਿੱਥੇ ਬੈਠੇ ਨੇ ਕਿਹੜੇ ਇੰਸਟੀਟਿਊਸ਼ਨ ਕਿੱਥੇ ਬੈਠੇ ਨੇ ਇੱਕ ਪਾਸੇ 90% ਵਾਲਾ ਇੰਸਟੀਟਿਊਸ਼ਨ ਬੈਠਾ ਇੱਕ ਪਾਸੇ 20% ਵਾਲਾ ਬੈਠਾ ਅਤੇ ਇੰਸਟਰਕਸ਼ਨ ਸਾਰਿਆਂ ਨੂੰ ਇੱਕੋ ਮਿਲ ਰਹੀਆਂ ਨੇ ਹਾਓ ਇਜ਼ ਇਟ ਪੋਸੀਬਲ ਇੱਕ ਬੰਦੇ ਨੂੰ ਸਾਡੇ ਕੋਲ ਅਸੀਂ ਜਾ ਕੇ ਅਖੀਰ 'ਚ ਜਿਹੜੇ ਬਿਲਕੁਲ ਡਾਊਨ ਬੱਚੇ ਨੇ ਉਹਨਾਂ ਨੂੰ ਅਸੀਂ ਸਿਲੇਬਸ ਵੀ ਘਟਾ ਦਿੰਦੇ ਹਾਂ ਅਸੀਂ ਕਹਿੰਦੇ ਹਾਂ ਵੀ ਤੁਸੀਂ ਇੰਨਾ ਹੀ ਯਾਦ ਕਰੋ ਉਹ ਓਨਾ ਹੀ ਯਾਦ ਕਰਕੇ ਜਿਹੜੇ ਟੋਟਲ ਫੇਲ ਹੋਣ ਵਾਲੇ ਆ ਉਹ ਵੀ ਫਸਟ ਡਿਵੀਜ਼ਨ ਲੈ ਜਾਂਦੇ ਆ ਅਤੇ ਇਹ ਸਿਸਟਮ ਉਹਨਾਂ ਨੂੰ ਅਡੋਪਟ ਕਰ ਲੈਣਾ ਚਾਹੀਦਾ ਸਰਕਾਰ ਨੂੰ ਅਤੇ ਹੁਣ ਤੁਹਾਡੀ ਮੰਗ ਕੀ ਹੈ ਲਾਸਟ 'ਤੇ ਜਾਂਦੇ ਜਾਂਦੇ ਅਤੇ ਮੈਂ ਚਾਹੂੰਗਾ ਬਈ ਕ੍ਰਿਸ਼ਨ ਕੁਮਾਰ ਜੀ ਬਹੁਤ ਮਿਹਨਤ ਕਰ ਰਹੇ ਨੇ ਪਰ ਇੱਕ ਕੰਮ ਕਰਿਆ ਕਰਨ ਸਖਤੀ ਦੇ ਨਾਲ ਨਾਲ ਕਿਤੇ ਜਿੱਥੇ ਕੋਈ ਰਿਜ਼ਲਟ ਅੱਛਾ ਆਉਂਦਾ ਉਹ ਕੋਈ ਤਾਂ ਕਾਰਨ ਹੋਊਗਾ ਉਹਨਾਂ ਸਕੂਲਾਂ ਨੂੰ ਵਿੱਚ ਵਿੱਚ ਸ਼ਾਮਿਲ ਕਰ ਲਿਆ ਕਰਨ ਉਹਨਾਂ ਦੀ ਐਡਵਾਈਸ ਵਿੱਚ ਲੈ ਲਿਆ ਕਰਨ ਤਾਂ ਉਸ ਦੇ ਨਾਲ ਭਲਾ ਹੋਊਗਾ ਸਾਡੇ ਸਾਰੇ ਪੰਜਾਬ ਦਾ ਔਰ ਸਾਡਾ ਭੱਠਾ ਬੈਠਾ ਪਿਆ ਬਾਹਰਲੇ ਮੁਲਕਾਂ ਦੇ ਬਰਾਬਰ ਪੰਜਾਬ ਦੇ ਬੱਚਿਆਂ ਦੀ ਪੜ੍ਹਾਈ ਦਾ ਸਟੈਂਡਰਡ ਬਹੁਤ ਡਾਊਨ ਆ ਔਰ ਜਿਹਨੂੰ ਅਪਗ੍ਰੇਡ ਕਰਨ ਦੀ ਲੋੜ ਆ ਉਹ ਸਾਨੂੰ ਸਾਰਿਆਂ ਨੇ ਹਿੰਮਤ ਕਰਨੀ ਪਊਗੀ ਲੁਧਿਆਣਾ ਤੋਂ ਅਭਿਸ਼ੇਕ ਬੈਲ ਦੇ ਨਾਲ ਅਮਨਦੀਪ ਖਹਿਰਾ।